नमस्कार जी, ਤੁਹਾਡਾ ਸਵਾਗਤ ਹੈ ਐਡ ਆਪਣਾ ਨੈਟਵਰਕ ਤੇ। ਅੱਜ ਅਸੀਂ ਆਏ ਹਾਂ ਰਾਮਾ ਮੰਡੀ, ਜੋ ਕਿ ਪੰਜਾਬ ਦੇ ਵਿੱਚ ਹੈ, ਤੇ ਇੱਥੇ ਅਸੀਂ ਪਹੁੰਚੇ ਹਾਂ ਗਰਗ ਇਲੈਕਟ੍ਰੋਨਿਕਸ ਐਂਡ ਫਰਨੀਚਰ ਹਾਊਸ, ਠੀਕ ਹੈ ਜੀ, ਇਹਨਾਂ ਦਾ ਰਿਵਿਊ ਕਰਨ ਵਾਸਤੇ। ਤੇ ਜਿਸ ਤਰ੍ਹਾਂ ਅਸੀਂ ਦੇਖ ਪਾ ਰਹੇ ਹਾਂ, ਵੈਰਾਈਟੀ ਤਾਂ ਇਹਨਾਂ ਕੋਲ ਬਹੁਤ ਜ਼ਿਆਦਾ ਹੈ। ਅਗਰ ਗੱਲ ਕਰੀਏ ਕਸਟਮਰ, ਤੁਸੀਂ ਸਾਨੂੰ ਮੌਕੇ ਤੇ ਕਸਟਮਰ ਇਹਨਾਂ ਦੇ ਮਿਲੇ ਹੋ, ਤੇ ਤੁਸੀਂ ਇੱਥੇ ਫਸਟ ਟਾਈਮ ਆਏ ਹੋ ਜਾਂ ਇਹਨਾਂ ਦੇ ਰੈਗੂਲਰ ਕਸਟਮਰ ਹੋ? ਨਹੀਂ, ਅਸੀਂ ਮੇਰਾ ਨਾਮ ਰਜੀਵ ਕੁਮਾਰ ਹੈ ਜੀ, ਅਸੀਂ ਇੱਥੇ ਰਾਮਾ ਮੰਡੀ ਦੇ ਬਹੁਤ ਪੁਰਾਣੇ ਰਹਿਣ ਵਾਲੇ ਹਾਂ, ਅਤੇ ਗਰਗ ਇਲੈਕਟ੍ਰੋਨਿਕਸ ਰਾਮਾ ਮੰਡੀ ਦੇ ਵਿੱਚ ਬਹੁਤ ਪੁਰਾਣੀ ਦੁਕਾਨ ਹੈ। ਠੀਕ ਹੈ ਜੀ, ਅਸੀਂ ਇੱਥੇ ਇਹਨਾਂ ਦੇ ਰੈਗੂਲਰ ਕਸਟਮਰ ਹਾਂ, ਔਰ ਲਗਭਗ ਅਸੀਂ ਪਿਛਲੇ 20 ਸਾਲ ਤੋਂ ਇਹਨਾਂ ਨਾਲ ਇਲੈਕਟ੍ਰੋਨਿਕਸ ਵਾਸਤੇ ਅਤੇ ਫਰਨੀਚਰ ਵਾਸਤੇ ਤਾਂ ਹੁਣ ਜੁੜ ਰਹੇ ਹਾਂ, ਇਲੈਕਟ੍ਰੋਨਿਕਸ ਵਾਸਤੇ ਅਸੀਂ ਪੁਰਾਣੇ ਇਹਨਾਂ ਨਾਲ ਜੁੜੇ ਹੋਏ ਹਾਂ। ਠੀਕ, ਔਰ ਇਹਨਾਂ ਦੀ ਡੀਲਿੰਗ ਤੋਂ ਅਸੀਂ ਇੰਨੇ ਸੈਟਿਸਫਾਈਡ ਹਾਂਗੇ ਕਿ ਜੋ ਪ੍ਰੋਡਕਟ ਇਹਨਾਂ ਤੋਂ ਇੱਕ ਵਾਰੀ ਅਸੀਂ ਲੈ ਜਾਂਦੇ ਹਾਂਗੇ, ਉਸ ਦੇ ਵਿੱਚ ਜੇ ਕਦੇ ਵੀ ਕੋਈ ਸਰਵਿਸ ਦੀ ਜ਼ਰੂਰਤ ਪਈ ਹੈ ਤਾਂ ਇਹਨਾਂ ਨੇ ਇੱਕ ਕਾਲ 'ਤੇ ਹੀ ਆਪਣੇ ਰਿਟਰਨ ਭੇਜ ਕੇ ਉਹਦੀ ਸਾਨੂੰ ਸੈਟਿਸਫੈਕਸ਼ਨ ਕਰਾਈ ਹੈ। ਔਰ ਦੂਸਰੀ ਗੱਲ, ਇਹਨਾਂ ਕੋਲ ਆਉਣ ਤੋਂ ਬਾਅਦ ਸਾਨੂੰ ਕਿਤੇ ਹੋਰ ਜਾਣ ਦੀ ਜ਼ਰੂਰਤ ਨਹੀਂ ਪਈ ਅੱਜ ਤੱਕ। ਠੀਕ ਹੈ ਜੀ, ਇਹਨਾਂ ਕੋਲ ਵਰਾਇਟੀ ਇੰਨੀ ਜ਼ਿਆਦਾ ਹੈਗੀ, ਔਰ ਇਹਨਾਂ ਦਾ ਜੋ ਮਾਰਕੀਟ ਦੇ ਨਾਲੋਂ ਅਲੱਗ ਖੁਦ ਦਾ ਬਿਹੇਵੀਅਰ ਹੈਗਾ। ਠੀਕ ਹੈ, ਪ੍ਰੋਡਕਟ ਤਾਂ ਅੱਛਾ ਹੈ ਹੀ ਹੈ, ਖੁਦ ਦਾ ਇਹਨਾਂ ਦਾ ਬਿਹੇਵੀਅਰ ਇੰਨਾ ਕੋਆਪਰੇਟਿਵ ਹੈ ਕਿ ਬੰਦਾ ਕਿਤੇ ਅਸੀਂ ਹੋਰ ਜਾਣ ਜੋਗੇ ਨਹੀਂ। ਅਤੇ ਅਗਰ ਗੱਲ ਕਰੀਏ, ਜਿਸ ਤਰ੍ਹਾਂ ਤੁਸੀਂ ਵਿਵਹਾਰ ਦਾ ਵੀ ਦੱਸਤਾ, ਮਟੀਰੀਅਲ ਦਾ ਵੀ ਦੱਸਤਾ, ਅਗਰ ਰੇਟਸ ਦੀ ਗੱਲ ਕਰੀਏ, ਕੁਆਲਿਟੀ ਦੀ ਗੱਲ ਕਰੀਏ, 5 star ਰੇਟਿੰਗ ਵਿੱਚੋਂ ਕਿੰਨੇ ਸਟਾਰ ਰੇਟਿੰਗ ਦੇਣਾ ਚਾਹੋਗੇ ਇਹਨਾਂ ਨੂੰ? 5 star ਤੋਂ ਵੀ ਜੇ ਜ਼ਿਆਦਾ ਕੋਈ ਰੇਟਿੰਗ ਆ ਤਾਂ ਅਸੀਂ ਉਹ ਦੇਣੀ ਚਾਹਾਂਗੇ। ਕਾਰਨ ਉਸਦਾ ਇਹ ਹੈਗਾ ਵੀ ਇੱਕ ਤਾਂ ਇਹਨਾਂ ਦਾ ਆਪਦੀ ਡੀਲਿੰਗ, ਦੂਸਰੀ ਗੱਲ ਇਹਨਾਂ ਕੋਲ ਵਰਾਇਟੀ, ਤੀਸਰੀ ਗੱਲ ਇਹਨਾਂ ਦੇ ਰੇਟਸ ਇੰਨੇ ਜ਼ਿਆਦਾ ਕੰਪੀਟੀਟਿਵ ਨੇ। ਠੀਕ ਹੈ, ਬਹੁਤ ਜ਼ਿਆਦਾ ਮਤਲਬ ਇੱਥੇ ਆ ਕੇ ਸਾਨੂੰ ਸੈਟਿਸਫੈਕਸ਼ਨ ਅਤੇ ਤਸੱਲੀ ਮਿਲਦੀ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਲਈ। ਤਾਂ ਕਸਟਮਰ ਦੀ ਟੋਕ ਅਸੀਂ ਤੁਹਾਨੂੰ ਸੁਣਾਈ, ਹੁਣ ਅਸੀਂ ਤੁਹਾਨੂੰ ਇਹਨਾਂ ਦੀ ਵਰਾਇਟੀ ਵੀ ਨਜ਼ਰ ਕਰਾਵਾਂਗੇ, ਤਾਂ ਇਹਨਾਂ ਦੇ ਓਨਰ ਨਾਲ ਵੀ ਅਸੀਂ ਤੁਹਾਨੂੰ ਗੱਲ ਕਰਾਵਾਂਗੇ। ਵਰਾਇਟੀ ਤੁਹਾਡੀ ਨਜ਼ਰ ਕਰ ਰਹੇ ਹਾਂ ਸਾਰੀ, ਤੁਸੀਂ ਵੀਡੀਓ 'ਚ ਦੇਖੋ, ਉਸ ਤੋਂ ਬਾਅਦ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ, ਲਾਈਕ ਕਰੋ ਅਤੇ ਕਮੈਂਟ ਕਰੋ। ਸਾਰੇ ਇਲਾਕਾ ਨਿਵਾਸੀਆਂ ਨੂੰ ਗਰਗ ਇਲੈਕਟ੍ਰੋਨਿਕਸ ਅਤੇ ਫਰਨੀਚਰ ਭਾਗੀ ਅੰਦਰ ਵਾਲਿਆਂ ਵੱਲੋਂ ਦੀਵਾਲੀ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ। ਇਹ ਮੇਰੇ ਵੀਰਾਂ ਦੋਸਤਾਂ ਨੂੰ ਦੱਸਿਆ ਜਾਂਦਾ ਕਿ ਜੋ ਕਿ ਸਾਡੀ ਦੁਕਾਨ ਆਲਰੇਡੀ ਗਰਗ ਇਲੈਕਟ੍ਰੋਨਿਕਸ ਭਾਗੀ ਅੰਦਰ ਵਾਲਿਆਂ ਦੀ ਮਾਰਕੀਟ ਵਿੱਚ ਮੇਨ ਬਾਜ਼ਾਰ ਵਿੱਚ ਪਿਛਲੇ 25 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਚੱਲ ਰਹੀ ਹੈ। ਹੁਣ ਅਸੀਂ ਇੱਕ ਨਵਾਂ ਸ਼ੋਰੂਮ ਗੁਰਦੁਆਰਾ ਰੋਡ ਸਾਹਮਣੇ ਹੀਰੋ ਮੋਟਰਸਾਈਕਲ ਏਜੰਸੀ ਦੇ ਸਾਹਮਣੇ ਫਰਨੀਚਰ ਦਾ ਇੱਕ ਬਹੁਤ ਹੀ ਵੱਡਾ ਨਵਾਂ ਸ਼ੋਰੂਮ ਨਵਾਂ ਖੋਲ੍ਹਿਆ ਹੈ, ਜਿਸ ਵਿੱਚ ਕਿ ਤੁਹਾਨੂੰ ਤਰ੍ਹਾਂ ਤਰ੍ਹਾਂ ਦੀ ਵਰਾਇਟੀ ਬਹੁਤ ਹੀ ਵਧੀਆ ਰੇਟਾਂ ਅਤੇ ਬਹੁਤ ਹੀ ਸਸਤੇ ਰੇਟਾਂ ਵਿੱਚ ਹਾਜ਼ਰ ਹੋਊਗੀ। ਇੱਥੇ ਹੁਣ ਤੁਹਾਨੂੰ ਹਰ ਤਰ੍ਹਾਂ ਦੀ ਵਰਾਇਟੀ ਜਿਵੇਂ ਕਿ ਬੈੱਡ, ਸੋਫਾ, ਅਲਮਾਰੀ, ਡਾਇਨਿੰਗ ਟੇਬਲ, ਪ੍ਰੈਸ ਟੇਬਲ, ਗੱਦੇ, ਇਲੈਕਟ੍ਰੋਨਿਕਸ ਦਾ ਸਮਾਨ ਜਿਵੇਂ ਕਿ LED, ਵਾਸ਼ਿੰਗ ਮਸ਼ੀਨ, ਫਰਿੱਜ ਅਤੇ AC, ਗਰਮੀਆਂ ਵਿੱਚ ਕੂਲਰ, AC ਦੀ ਹਰ ਤਰ੍ਹਾਂ ਦੀ ਵਰਾਇਟੀ ਤੁਹਾਨੂੰ ਇੱਥੇ ਹਾਜ਼ਰ ਮਿਲੇਗੀ, ਜੋ ਕਿ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਅਤੇ ਆਸਾਨ ਕਿਸ਼ਤਾਂ ਵਿੱਚ ਮਿਲੇਗੀ। ਜਿੱਥੇ ਕਿ ਅਸੀਂ ਤੁਹਾਨੂੰ ਨਾਲ ਇੱਕ ਇਹ ਫੈਸਿਲਿਟੀ ਵੀ ਦੇਵਾਂਗੇ ਕਿ ਇੱਥੇ ਤੁਸੀਂ 0% ਬਜਾਜ ਫਾਈਨਾਂਸ 'ਤੇ ਆਸਾਨ ਕਿਸ਼ਤਾਂ ਕਰਵਾ ਸਕਦੇ ਹੋ। ਇੱਥੇ ਤੁਸੀਂ ਹੁਣ ਦੀਵਾਲੀ ਦੇ ਸ਼ੋਅ ਮੌਕੇ 'ਤੇ ਅਸੀਂ ਤਰ੍ਹਾਂ ਤਰ੍ਹਾਂ ਦੀਆਂ ਆਪਣੇ ਸ਼ੋਅਰੂਮ ਵਿੱਚ ਕਸਟਮਰਾਂ ਨੂੰ ਸਕੀਮਾਂ ਦੇ ਰਹੇ ਹਾਂ, ਜਿੱਥੇ ਕਿ ਹਰ ਕਸਟਮਰ ਨੂੰ ਅਸੀਂ ਹਰ ਆਈਟਮ ਦੇ ਨਾਲ ਇੱਕ ਫ੍ਰੀ ਗਿਫਟ ਦੇ ਰਹੇ ਹਾਂ ਅਤੇ ਨਾਲ ਹੀ ਅਸੀਂ ਇੱਕ ਲੱਕੀ ਕੂਪਨ ਵੀ ਦੇ ਰਹੇ ਹਾਂ, ਜਿਸ ਵਿੱਚ ਕਿ ਦੀਵਾਲੀ ਵੇਲੇ ਇਹ ਡਰਾ ਸਾਡੇ ਕੰਪਨੀ ਵੱਲੋਂ ਬਠਿੰਡੇ ਕੱਢਿਆ ਜਾਊਗਾ, ਜੋ ਕਿ ਸੈਮਸੰਗ ਕੰਪਨੀ ਵੱਲੋਂ ਅਸੀਂ ਪ੍ਰੋਵਾਈਡ ਕੀਤਾ ਹੈ। ਅਤੇ ਨਾਲ ਹੀ ਨਾਲ ਅਸੀਂ ਇੱਕ ਇਲੈਕਟ੍ਰੋਨਿਕਸ ਲੋਇਡ ਕੰਪਨੀ ਦਾ ਵੀ ਕੂਪਨ ਦੇ ਰਹੇ ਹਾਂ ਕਸਟਮਰ ਨੂੰ, ਜਿਸ ਵਿੱਚ ਕਿ 1 ਰੁਪਈਏ ਤੋਂ ਲੈ ਕੇ 1 ਲੱਖ ਤੱਕ ਰੁਪਏ ਦੇ ਕੈਸ਼ ਇਨਾਮ ਕੰਪਨੀ ਵੱਲੋਂ ਕੱਢੇ ਜਾਣਗੇ। ਅਤੇ ਅਸੀਂ ਆਪਣੇ ਵੱਲੋਂ ਵੀ ਆਪਦਾ ਪਰਸਨਲ ਫਾਈਨਾਂਸ ਕਰਕੇ ਹਰ ਕਸਟਮਰ ਦੀ ਕਿਸ਼ਤ ਬੜੇ ਆਸਾਨ ਤਰੀਕੇ ਨਾਲ ਤੁਹਾਡੀ ਕੀਤੀ ਜਾਊਗੀ। ਅਸੀਂ ਇੱਕ ਵਾਰੀ ਫਿਰ ਤੁਹਾਨੂੰ ਆਪਣਾ ਪਤਾ ਦੱਸਣਾ ਚਾਹੁੰਦੇ ਹਾਂ ਕਿ ਗੁਰਦੁਆਰਾ ਰੋਡ ਸਾਹਮਣੇ ਹੀਰੋ ਮੋਟਰਸਾਈਕਲ ਏਜੰਸੀ, ਨੇੜੇ ਸ਼ੀਲਾ ਦੇਵੀ ਟਰੱਸਟ, ਸਾਹਮਣੇ ਹੀਰੋ ਮੋਟਰਸਾਈਕਲ ਏਜੰਸੀ ਦੇ ਤੁਸੀਂ ਵੱਡਾ ਸ਼ੋਰੂਮ, ਬਾਹਰ ਬੋਰਡ ਲੱਗਿਆ ਹੋਇਆ ਗਰਗ ਇਲੈਕਟ੍ਰੋਨਿਕਸ ਐਂਡ ਫਰਨੀਚਰ ਭਾਗੀ ਬਾਂਦਰ ਵਾਲਿਆਂ ਦਾ ਸ਼ੋਰੂਮ, ਰਾਮਾ ਮੰਡੀ, ਡਿਸਟ੍ਰਿਕਟ ਬਠਿੰਡਾ, ਪੰਜਾਬ।
काफ़ी डिमांड हैगी है जी कि डिजाइन शेड है वाइट मोस्टली फॉरन जिन्हें होंगे एमरे कस्टमर और आके कोशिश वाइट शेड इस्तेमाल करते हैं सारी वाइट टॉप पर जिन्ना भी माल मटीरियल सारा अपने टोटली प्रीमियम का माल है ये अपने को साइज सारे मिल जाते हैं छोटे को 16x16 हो गया 2x2 हो गया 2x4 32 6x4 8x4 चेक्स हो गए हाई रिटर्न हो गए एलिवेशन सबसे टाइट सही हो गई अपने को हर चीज़ प्रीमियम के रेंज अवेलेबल होगी मार्केट नालों क्वालिटी वाइज है।